ਕਿਸਾਨੀ ਅੰਦੋਲਨ ਪਿਛਲੇ ਕਰੀਬ 3 ਮਹੀਨਿਆਂ ਤੋਂ ਚੱਲ ਰਿਹਾ। ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ਦੇ ਉੱਪਰ ਖੜ੍ਹੇ ਹਾਂ, ਜਿੱਥੇ ਕਿ ਕਿਸਾਨੀ ਅੰਦੋਲਨ ਪਿਛਲੇ ਕਰੀਬ 3 ਮਹੀਨਿਆਂ ਤੋਂ ਚੱਲ ਰਿਹਾ ਹੈ। ਅਤੇ 3 ਮਹੀਨਿਆਂ ਤੋਂ ਤੁਹਾਨੂੰ ਲਗਾਤਾਰ ਹੀ ਪਹਿਲੇ ਦਿਨ ਤੋਂ ਅਸੀਂ ABP ਸਾਂਝਾ ਦੇ ਰਾਹੀਂ ਤੁਹਾਨੂੰ ਕਿਸਾਨੀ ਅੰਦੋਲਨ ਦੀਆਂ ਤਸਵੀਰਾਂ ਵਿਖਾਈਆਂ ਨੇ। ਅਤੇ ਅੱਜ 3 ਮਹੀਨੇ ਬਾਅਦ ਅਸੀਂ ਤੁਹਾਨੂੰ ਫਿਰ ਉਸ ਥਾਂ 'ਤੇ ਲੈ ਆਏ ਹਾਂ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਮੇਰੇ ਪਿੱਛੇ ਹੈ ਜੋ ਕਿਸਾਨਾਂ ਦੀ ਸਟੇਜ ਲੱਗੀ ਹੋਈ ਹੈ। ਸ਼ੰਭੂ ਬਾਰਡਰ ਹੈ, ਇਹ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਹੈ, ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਇਸ ਗਰਮੀ ਦੇ ਵਿੱਚ ਇਹ ਅੰਦੋਲਨ ਲਗਾਤਾਰ ਜਾਰੀ ਹੈ। ਅਤੇ ਇਸ ਗਰਮੀ ਦੇ ਵਿੱਚ ਹੀ ਜੋ ਸਟੇਜ ਲਗਾਈ ਗਈ ਹੈ ਉਹ ਖਾਸ ਤੌਰ 'ਤੇ ਸ਼ੈੱਡ ਪਾ ਦਿੱਤੇ ਗਏ ਨੇ, ਤਾਂ ਜੋ ਸਟੇਜ ਸੰਚਾਲਨ ਦੇ ਦੌਰਾਨ ਗਰਮੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸੀਬਤ ਨਾ ਆਵੇ, ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ। ਫਿਰ ਉੱਥੇ ਤੁਸੀਂ ਵੇਖ ਰਹੇ ਹੋ ਕਿ ਸਾਹਮਣੇ ਜਿੱਥੇ ਇੱਕ ਪਾਸੇ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਦੀ ਸਟੇਜ ਸਜੀ ਹੋਈ ਹੈ, ਸਟੇਜ ਤੋਂ ਉੱਪਰ ਉਹ ਸੰਬੋਧਨ ਹੋ ਰਿਹਾ, ਉੱਥੇ ਤੁਹਾਨੂੰ ਤਸਵੀਰਾਂ ਵਿਖਾਉਂਦੇ ਹਾਂ ਦੂਜੇ ਪਾਸੇ ਦੀਆਂ। ਕਿਉਂਕਿ ਜਿਵੇਂ ਪਹਿਲਾਂ ਦੱਸਿਆ ਕਿ ਪੰਜਾਬ ਹਰਿਆਣਾ ਦੀ ਸਰਹੱਦ ਹੈ, 2 ਵਾਰ ਕਿਸਾਨ ਪਹਿਲਾਂ ਹੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਨੇ ਫਰਵਰੀ ਮਹੀਨੇ ਦੇ ਵਿੱਚ, ਅਤੇ ਉਦੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਇਸ ਸਰਹੱਦ 'ਤੇ ਇਸ ਬਾਰਡਰ 'ਤੇ ਰੋਕ ਦਿੱਤਾ ਗਿਆ ਸੀ। ਅਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਸ ਜੋ ਸਰਹੱਦ ਦੇ ਉੱਪਰ ਪੈਰਾਮਿਲਟਰੀ ਫੋਰਸ ਅਤੇ ਹਰਿਆਣਾ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਹਰਿਆਣਾ ਪ੍ਰਸ਼ਾਸਨ ਹੈ, ਦੂਜੇ ਪਾਸੇ ਕਿਸਾਨ ਹੈ। ਇਹ ਦੇਸ਼ ਦਾ ਜਵਾਨ ਅਤੇ ਕਿਸਾਨ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਈ ਬੈਠਾ ਹੈ। ਜਿੱਥੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਸਨ, ਉੱਥੇ ਹੀ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦੇ ਲਈ ਪੰਜਾਬ ਹਰਿਆਣਾ ਦੀ ਸਰਹੱਦ 'ਤੇ ਹੀ ਰੋਕਿਆ ਹੋਇਆ ਹੈ, ਜੋ ਪੈਰਾਮਿਲਟਰੀ ਫੋਰਸ ਤੈਨਾਤ ਕੀਤੀ ਹੈ। ਤੁਸੀਂ ਵੇਖ ਸਕਦੇ ਹੋ ਕਿ ਇਸ ਅੱਤ ਦੀ ਗਰਮੀ 'ਚ ਜਿੱਥੇ ਕਿਸਾਨੀ ਅੰਦੋਲਨ ਜਾਰੀ ਹੈ, ਉੱਥੇ ਇਸ ਗਰਮੀ ਦੇ ਵਿੱਚ ਜੋ ਫੋਰਸ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਤੈਨਾਤ ਕੀਤੀ ਗਈ ਹੋਈ ਹੈ, ਉਹ ਵੀ ਇਸੇ ਗਰਮੀ ਦੇ ਵਿੱਚ ਡਟੀ ਹੋਈ ਹੈ। ਵੇਖ ਸਕਦੇ ਹੋ ਸਾਹਮਣੇ ਜੋ ਤਸਵੀਰਾਂ, ਜੇਕਰ ਤੁਸੀਂ ਵੇਖੋ ਜ਼ੂਮ ਕਰਕੇ ਦਿਖਾਉਂਦੇ ਹਾਂ, ਅਤੇ ਸ਼ੈੱਡ ਪਾਈ ਗਈ ਹੈ, ਪੱਖੇ ਲਗਾਏ ਗਏ ਹੋਏ ਨੇ, ਜੋ ਪੁਲਿਸ ਫੋਰਸ ਦੇ ਜਵਾਨ ਨੇ ਤੁਸੀਂ ਵੇਖ ਸਕਦੇ ਹੋ। ਉਸ ਪਾਸੇ ਵੇਖੋਗੇ ਤਾਂ ਤੁਹਾਨੂੰ ਕੂਲਰ ਲੱਗਾ ਹੋਇਆ ਵੀ ਨਜ਼ਰ ਆਏਗਾ। ਜਿਵੇਂ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨੂੰ ਆਰਜ਼ੀ ਤੌਰ 'ਤੇ ਘਰ ਬਣਾਇਆ ਹੋਇਆ, ਰਹਿਣ ਬਸੇਰਾ ਬਣਾਇਆ ਹੋਇਆ, ਉੱਥੇ ਹੀ ਜੋ ਫੋਰਸ ਹੈ ਜੋ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਬਾਰਡਰ ਦੇ ਉੱਪਰ, ਇਹ ਜੋ ਘੱਗਰ ਦਾ ਪੁੱਲ ਹੈ, ਇਹ ਪੁੱਲ ਘੱਗਰ ਦਾ ਪੁੱਲ ਹੈ, ਇਸ ਦੇ ਉੱਪਰ ਹਰਿਆਣਾ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਤੈਨਾਤ ਹੈ, ਜੋ ਕਿ ਲਗਾਤਾਰ ਇਸ ਅੰਦੋਲਨ ਦੇ ਉੱਪਰ ਨਜ਼ਰ ਬਣਾਈ ਹੋਈ ਹੈ। ਤੁਸੀਂ ਵੇਖ ਸਕਦੇ ਹੋ ਕਿ ਸ਼ੈੱਡ ਪਾਏ ਹੋਏ ਨੇ, ਕੂਲਰ ਲੱਗੇ ਹੋਏ ਨੇ ਇਸ ਗਰਮੀ ਦੇ ਵਿੱਚ ਜਵਾਨਾਂ ਦੇ ਲਈ। ਉੱਥੇ ਉਹਦੇ ਪਿੱਛੇ ਤੁਸੀਂ ਦੇਖੋਗੇ ਕਿ ਵਾਟਰ ਕੈਨਨ ਵੀ ਖੜ੍ਹੇ ਨੇ, ਤਾਂ ਜੋ ਕਿਸਾਨ ਜੇਕਰ ਅੱਗੇ ਨੂੰ ਕੂਚ ਕਰਨਗੇ ਤਾਂ ਇਹ ਜਵਾਨ ਨੇ ਜੋ ਦੇਸ਼ ਦੇ ਉਹਨਾਂ ਨੂੰ ਰੋਕਣ ਦੇ ਲਈ ਖੜ੍ਹੇ ਨੇ। ਸੋ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ 'ਤੇ ਜਿੱਥੇ ਘੱਗਰ ਪੁੱਲ ਹੈ, ਉਸ ਘੱਗਰ ਪੁੱਲ ਦੇ ਉੱਪਰ ਜੋ ਫੋਰਸ ਤੈਨਾਤ ਕੀਤੀ ਗਈ ਹੈ, ਤਾਂ ਜੋ ਕਿਸਾਨ ਅੱਗੇ ਨਾ ਜਾਣ। ਲੇਕਿਨ ਦੂਸਰੇ ਪਾਸੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ, 3 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ, ਇਸ ਗਰਮੀ ਦੇ ਵਿੱਚ ਲਗਾਤਾਰ ਕਿਸਾਨ ਡਟੇ ਹੋਏ ਨੇ। ਬੇਸ਼ੱਕ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ, ਕਿਸਾਨਾਂ ਦਾ ਕਹਿਣਾ ਹੈ ਕਿ ਮੁੜ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਅਤੇ ਹੁਣ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ MSP ਦੀ ਗਰੰਟੀ ਦੇਵੇ ਅਤੇ ਉਹਨਾਂ ਦੀਆਂ ਬਾਕੀ ਮੰਗਾਂ ਨੂੰ ਮੰਨੇ, ਨਹੀਂ ਤਾਂ ਉਹ ਇਸੇ ਤਰ੍ਹਾਂ ਇਸ ਸਰਹੱਦ 'ਤੇ ਡਟੇ ਰਹਿਣਗੇ, ਅਤੇ ਜੇ ਜ਼ਰੂਰਤ ਪਈ ਤਾਂ ਉਹ ਅੱਗੇ ਵੀ ਵਧਣਗੇ, ਕਿਸਾਨਾਂ ਦਾ ਤਾਂ ਕਹਿਣਾ। ਸੋ ਤੁਹਾਨੂੰ ਤਸਵੀਰਾਂ ਵਿਖਾਈਆਂ ਸ਼ੰਭੂ ਬਾਰਡਰ ਦੀਆਂ, ਜਿੱਥੇ ਇੱਕ ਪਾਸੇ ਦੇਸ਼ ਦਾ ਜਵਾਨ ਜੋ ਹਰਿਆਣਾ ਬਾਰਡਰ ਦੇ ਉੱਪਰ ਘੱਗਰ ਦਰਿਆ ਦੇ ਉੱਪਰ ਛਾਉਣੀ ਬਣਾ ਕੇ ਟੈਂਟਾਂ ਦੇ ਵਿੱਚ ਜੋ ਰਹਿ ਰਿਹਾ, ਉੱਥੇ ਦੇਸ਼ ਦਾ ਕਿਸਾਨ ਦੂਜੇ ਪਾਸੇ ਪੰਜਾਬ ਵਾਲੀ ਸਾਈਡ ਤੋਂ ਜੋ ਪ੍ਰਦਰਸ਼ਨ ਕਰ ਰਿਹਾ, ਸੰਘਰਸ਼ ਕਰ ਰਿਹਾ ਆਪਣੀ ਮੰਗਾਂ ਦੇ ਲਈ।
ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ, ABP ਸਾਂਝਾ।